ਉਹਨਾਂ ਵਿੱਚ ਲਾਇਆ ਪੱਲਿਆਂ ਨੂੰ ਲਾਇਆ। ਹਾਂਜੀ ਸਰ, ਅੱਜ ਸ਼ਹੀਦੀ ਸਮਾਗਮ ਮਨਾ ਰਹੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੂਨ 1984 ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ, ਭਾਰਤੀ ਹਕੂਮਤ ਵੱਲੋਂ ਜਿਸ ਕਦਰ ਸਿੱਖਾਂ ਦੇ ਮੁਕੱਦਸ ਅਸਥਾਨ ਔਰ ਸਿੱਖ ਜੁਝਾਰੂਆਂ ਦੇ ਨਾਲ ਜਿਸ ਤਰੀਕੇ ਨਾਲ ਪਤੀਰਾ ਕਰਕੇ ਸਿੱਖਾਂ ਨੂੰ ਇਹ ਅਹਿਸਾਸ ਕਰਾਇਆ ਕਿ ਹਿੰਦੁਸਤਾਨ ਵਿੱਚ ਜਦ ਤੱਕ ਰਹੋਗੇ ਤਾਂ ਗੁਲਾਮੀ ਦੇ ਹਾਲਾਤ ਵਿੱਚ ਹੀ ਰਹਿਣਾ ਪੈਣਾ, ਅਤੇ ਪਿਛਲੇ ਲੰਮੇ ਅਰਸੇ ਤੋਂ ਇਕੱਲੇ ਅਸੀਂ ਨਹੀਂ, ਆਵਾਜ਼ੇ ਕੌਮ ਜਥੇਬੰਦੀ ਵੱਲੋਂ ਹੀ ਨਹੀਂ, ਪੂਰਾ ਪੰਥ ਇਸ ਦਿਨ ਨੂੰ ਜਿਹੜਾ ਹੈਗਾ ਉਹ ਲਗਾਤਾਰ ਹਰ ਸਾਲ ਮਨਾਉਂਦਾ ਆ ਰਿਹਾ। ਇਸ ਸਾਲ ਹਕੂਮਤ ਨੇ ਇੱਕ ਬਹੁਤ ਵੱਡੀ ਕੋਝੀ ਸਾਜਿਸ਼ ਦੇ ਜ਼ਰੀਏ ਵੋਟਾਂ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਮੁਕਰਰ ਕਰਕੇ ਇੱਕ ਸਾਜਿਸ਼ ਦੇ ਤਹਿਤ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਕੌਮ ਇਹਨਾਂ ਦਿਨਾਂ ਤੋਂ ਦੂਰ ਹੋ ਜਾਵੇ, ਭੁੱਲ ਜਾਵੇ ਉਹਦਾ ਹਿੱਸਾ, ਕੋਸ਼ਿਸ਼ ਸਿੱਖਾਂ ਦੇ ਮਨਾਂ ਦੇ ਵਿੱਚੋਂ ਵਸਾਰ ਦਿੱਤਾ ਜਾਵੇ। ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਹਕੂਮਤ ਨੂੰ ਕਿ ਸਿੱਖ 1984 ਨਾ ਕਦੇ ਭੁੱਲੇ ਸੀ, ਨਾ ਭੁੱਲੇ ਹਾਂ, ਅਤੇ ਨਾ ਕਦੇ ਭੁੱਲਾਂਗੇ, ਅਤੇ ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਦੇ ਭੁੱਲਣ ਦੇਣਗੇ। ਠੀਕ ਹੈ, ਠੀਕ ਹੈ। ਹਾਂਜੀ, ਤੁਸੀਂ ਸਰ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਜੀ ਹਰੇਕ ਸਾਲ ਦੀ ਤਰ੍ਹਾਂ, ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸ਼ਹੀਦੀ ਸਮਾਗਮ ਜੂਨ 1984 ਦੇ ਘੱਲੂਘਾਰੇ ਨੂੰ ਜਿਹੜਾ ਸਮਰਪਿਤ ਆ ਉਹ ਮਨਾਇਆ ਜਾ ਰਿਹਾ। ਇਹਨਾਂ ਦਿਨਾਂ ਦੇ ਵਿੱਚ ਭਾਰਤ ਸਟੇਟ ਵੱਲੋਂ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਕਈ ਗੁਰੂ ਧਾਮਾਂ 'ਤੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਸੀ, ਉਹਨੂੰ 4 ਦਹਾਕੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਆ, ਭਾਵ 40 ਸਾਲ ਜਿਹੜੇ ਆ ਉਹ ਬੀਤ ਚੁੱਕੇ ਨੇ। ਸੋ ਗੱਲ ਇਹ ਆ, 40 ਸਾਲ ਬੀਤ ਜਾਣ ਤੋਂ ਬਾਅਦ ਵੀ ਪਰ ਜਿਹੜੀ ਉਹ ਗੱਲ ਹੈ ਉਹਨੂੰ ਜਿਉਂਦੇ ਜਿਹੜਾ ਰੱਖਣਾ ਆ ਉਹ ਬਹੁਤ ਜ਼ਰੂਰੀ ਆ। ਇਹ ਪ੍ਰੋਗਰਾਮ ਕਰਾਉਣ ਦਾ ਜਿਹੜਾ ਮਕਸਦ ਹੈ ਉਹ ਇੱਕੋ ਹੀ ਹੈ ਕਿ ਜਿਸ ਗੱਲ ਲਈ ਸਾਡੇ ਪੁਰਖੇ ਲੜੇ, ਜਿਸ ਮਕਸਦ ਲਈ ਸਾਡੇ ਪੁਰਖੇ ਜਿਹੜੇ ਸ਼ਹੀਦ ਹੋਏ, ਉਹ ਜਿਹੜੀ ਗੱਲ ਆ ਉਹ ਅਜੇ ਜਿਉਂਦੀ ਆ, ਉਹ ਜਿਹੜਾ ਮਕਸਦ ਹੈ, ਉਹ ਜਿਹੜੀ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਗੱਲ ਆ ਉਹ ਅਗਲੇ ਐਗਜ਼ਿਸਟ ਕਰਦੀ ਹੈ, ਅਤੇ ਜਿਹੜੀ ਪੰਜਾਬ ਦੇ ਵਿੱਚ ਕੌਮੀ ਘਰ ਦੀ ਜਿਹੜੀ ਪ੍ਰਾਪਤੀ ਲਈ ਜੰਗ ਆ ਉਹ ਜ਼ੋਰਾਂ ਸ਼ੋਰਾਂ 'ਤੇ ਹੈ। ਇਹੀ ਜਿਹੜਾ ਮੁੱਖ ਮਕਸਦ ਆ ਇਸ ਪ੍ਰੋਗਰਾਮ ਕਰਵਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ